ਮਾਨ ਜਦੋਂ ਕੜੇ ਹੋ ਕਹਿੰਦੇ ਜਾਂ ਤਾਂ ਲੈ ਆਓ ਮੈਨੂੰ, ਮੈਂ ਕਿਹਾ ਪਤਾ ਲੱਗਾ ਮੈਂ ਚੋਲਾ ਪਾਇਆ ਵਾ ਤਾਂ ਰੋਕਿਆ ਮੈਨੂੰ, ਜੇ ਮੈਂ ਸ਼ਾਸਤਰ ਸਜਾ ਕੇ ਤਾਂ ਸੋਚਿਆ ਜੀ ਝੋਲਾ ਪਾਇਆ ਉਹ ਮੁੰਡਾ ਵੀ ਤੁਹਾਡਾ ਹੋ ਜਾਣਾ ਕਲੀਅਰ, ਉਹਨੇ ਵੀ ਝੋਲਾ ਪਾਇਆ ਨਾ ਕਿ ਨਹੀਂ, ਝੋਲਾ ਉਹ ਨਹੀਂ ਹੈਗਾ ਤੁਹਾਨੂੰ ਪਿੱਛੋਂ ਸਾਡੀ ਘੁੰਮਣ ਨਹੀਂ ਆ ਤੁਹਾਡੀ ਉਹ ਤਾਂ ਨਹੀਂ ਪਤਾ, ਲੇਕਿਨ ਤੁਸੀਂ ਉਸ ਲਿਸਟ ਵਿੱਚ ਗਏ, ਤੁਹਾਨੂੰ ਕਿਹਾ ਤਸੱਲੀ ਦੇ ਨਾਲ ਬਾਈ ਹੋ ਕਿਉਂ ਪਰੇਸ਼ਾਨ ਹੋ ਰਹੇ ਹੋ ਯਾਰ, ਸਾਡੀ ਹਕੂਮਤ ਨਾਲ ਸਾਡਾ ਉਕਾਇਆ ਬਹੁਤ ਤੁਹਾਨੂੰ ਉਠਾ ਸਾਡੇ ਕੋਲ ਸੱਚੀ ਸਾਡੇ ਮੱਥੇ ਲੱਗਣ ਦਾ ਤੁਹਾਨੂੰ ਫਾਇਦਾ ਕੋਈ, ਮੈਂ ਤੁਹਾਨੂੰ ਗੱਲ ਦੱਸਤੀ ਤੁਸੀਂ ਬਾਰ ਬਾਰ ਮੇਰੇ ਕੋਲ ਆਉਣ ਰਹੇ ਹੋ ਇਹ ਨਾ, ਮੈਂ ਜਾਵਾਂ ਨਾ ਫਿਰ, ਨਹੀਂ ਜਾਵਾਂ ਨਹੀਂ ਤੁਸੀਂ ਬਾਈ, ਉਦੋਂ ਤੁਹਾਡਾ ਕੰਮ ਹੋਏਗਾ ਤੁਹਾਨੂੰ ਆਪ ਰੋਕ ਦੇਵਾਂਗੇ ਫਿਲਹਾਲ ਬਾਈ, ਤਾਂ ਕਿੱਦਾਂ ਫਿਰ ਸਾਡੀ ਹਕੂਮਤ ਨਾਲ ਤਾਂ ਕਲੀਅਰ ਕਰਕੇ ਭੇਜਿਆ ਸਾਡੇ ਦੀ ਗੱਲ, ਹਾਂ ਆ ਜਾਓ ਮੈਂ ਬਤਾਉਂਦਾ, ਪਤਾ ਕਿੱਦਾਂ ਸਾਡਾ ਉਧਰੋਂ ਪਾਸ ਹੋ ਕੇ ਆਇਆ ਜੀ ਵੀਜ਼ਾ, ਮੇਰਾ ਪਾਸਪੋਰਟ ਲਗਾ ਆਪਣੇ ਵੀਜ਼ਾ ਦੀ ਆਪਕੀ ਸਰਕਾਰ ਨੇ, ਆਪਕੀ ਸਰਕਾਰ ਨੇ ਮੇਰੇ ਕੋਲ ਵੀਜ਼ਾ ਦਿਆ, ਤੋ ਜੇ ਦੇਖੀਏ ਜੀ ਹੁਣ ਮੇਰਾ ਇਤਨਾ ਸਮਾਨ ਹੈ ਮੈਂ ਇੱਥੋਂ ਕਹਾਂ ਦੇ ਪਤਾ ਨਹੀਂ ਮਿਸਟੇਕ ਦਾ ਪਾਸਪੋਰਟ ਕਾ ਬਤਾ ਰਹੇ ਹਾਂ, ਮੈਂ ਕਿਹਾ ਚਲੋ ਜੀ ਨਹੀਂ ਦੇਣਾ ਵੀਜ਼ਾ ਮੇਰੇ ਕੋਲ ਭੇਜ ਦਿਓ, ਜਦੋਂ ਮੇਰੇ ਕੋਲ ਪਹਿਲੇ ਨਹੀਂ ਵੀਜ਼ਾ ਦਿੱਤੇ, ਠੀਕ ਹੈ ਨਹੀਂ, ਜਦੋਂ ਮੇਰੇ ਕੋਲ ਪਹਿਲੇ ਵੀਜ਼ਾ ਨਾ ਦਿੱਤੇ ਤੋ ਮੈਂ ਚਲਾ ਜਾਤਾ, ਆਪ ਦੀ ਗੌਰਮੈਂਟ ਨੇ ਦਿਆ, ਹਮਾਰੀ ਗੌਰਮੈਂਟ ਨੇ ਵੀ ਦੇ ਦਿਆ, ਪਤਾ ਨਹੀਂ ਹੈ ਪਾਸਪੋਰਟ ਇਸ਼ੂ ਬਣਾ ਰਹੇ। ਭਾਰਤ ਅਤੇ ਪਾਕਿਸਤਾਨ ਦੇ ਰਿਸ਼ਤਿਆਂ 'ਚ ਪਹਿਲਾਂ ਹੀ ਕੜਵਾਹਟ ਚੱਲ ਰਹੀ ਹੈ, ਪਰ ਉਸਦੀ ਤਾਜ਼ਾ ਉਦਾਹਰਣ ਉਸ ਵੇਲੇ ਵੇਖਣ ਨੂੰ ਮਿਲੀ ਜਦੋਂ ਨੂਰਪੁਰ ਬੇਦੀ ਦੇ ਪਿੰਡ ਡੂਮੇਵਾਲ ਦੇ ਮਨਦੀਪ ਸਿੰਘ ਜੋ ਇੱਕ ਨਿਹੰਗ ਸਿੰਘ ਨੇ, ਉਹ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਲਈ 8 ਜੂਨ ਨੂੰ ਆਪਣੇ ਘਰ ਤੋਂ ਸ਼ਾਮ ਕਰੀਬ 3:30 ਵਜੇ ਰਵਾਨਾ ਹੋਏ। ਨਿਹੰਗ ਸਿੰਘ ਦੇ ਬਾਣੀ 'ਚ ਸਜੇ ਮਨਦੀਪ ਸਿੰਘ ਨੂੰ ਪਾਕਿਸਤਾਨ ਇਮੀਗ੍ਰੇਸ਼ਨ ਦੇ ਅਧਿਕਾਰੀਆਂ ਵੱਲੋਂ ਕਈ ਘੰਟੇ ਗੈਰ ਜ਼ਰੂਰੀ ਪੁੱਛਗਿੱਛ ਦੌਰਾਨ ਬਦਸਲੂਕੀ ਕਰਕੇ ਵਾਪਸ ਭਾਰਤ ਬੇਰੰਗ ਭੇਜ ਦਿੱਤਾ ਗਿਆ। ਇਸ ਸੰਬੰਧੀ ਮਨਦੀਪ ਸਿੰਘ ਨੇ ਆਪਣੀ ਹੱਡ ਬੀਤੀ ਸੁਣਾਉਂਦੇ ਹੋਏ ਦੱਸਿਆ ਕਿ ਪਾਕਿਸਤਾਨ ਦੇ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਉਸ ਵੱਲੋਂ ਪਹਿਨੇ ਨਿਹੰਗ ਸਿੰਘ ਦੇ ਬਾਣੇ ਅਤੇ ਦਾੜੀ ਤੋਂ ਇਲਾਵਾ ਧਾਰਨ ਕੀਤੇ ਕਿਰਪਾਨ, ਕੜਾ ਤੇ ਹੋਰ ਸ਼ਸਤਰਾਂ ਸੰਬੰਧੀ ਵਾਰੀ ਵਾਰੀ ਸਿੱਖੀ ਨਾਲ ਸੰਬੰਧਿਤ ਸਵਾਲ ਪੁੱਛੇ, ਜਿਸ ਨਾਲ ਉਸਦੇ ਮਨ ਨੂੰ ਭਾਰੀ ਠੇਸ ਪਹੁੰਚੀ। ਇਸ ਦੌਰਾਨ ਉਹਨਾਂ ਨੂੰ ਕਰੀਬ 8 ਘੰਟਿਆਂ ਤੱਕ ਬੇਵਜ੍ਹਾ ਇੱਕ ਕਮਰੇ ਦੇ ਵਿੱਚ ਬਿਨਾਂ ਪਾਣੀ ਅਤੇ ਪੱਖੇ ਤੋਂ ਬਿਠਾ ਰੱਖਿਆ ਅਤੇ ਵਾਪਸੀ ਦਾ ਵੀ ਕੋਈ ਕਾਰਨ ਨਹੀਂ ਦੱਸਿਆ ਤੇ ਨਾ ਹੀ ਵਾਪਸੀ ਦੀ ਮੋਹਰ ਲਗਾਈ। ਉਹਨਾਂ ਨੇ ਦੱਸਿਆ ਕਿ ਉਕਤ ਜਥੇ ਦੇ ਸਮੁੱਚੇ ਸ਼ਰਧਾਲੂਆਂ ਨੂੰ ਸ਼ਾਮੀ ਕਰੀਬ 4:30 ਵਜੇ ਪਾਕਿਸਤਾਨ ਰਵਾਨਾ ਕਰਨ ਤੋਂ ਬਾਅਦ ਉਹਨਾਂ ਨੂੰ ਵਾਪਸ ਭਾਰਤ ਭੇਜ ਦਿੱਤਾ ਗਿਆ। ਇਸ ਦੌਰਾਨ ਪਾਕਿਸਤਾਨ ਦੇ ਅਧਿਕਾਰੀਆਂ ਵੱਲੋਂ ਉਹਨਾਂ ਦੇ ਪਾਸਪੋਰਟ ਤੇ ਵਾਪਸੀ ਦੀ ਕੋਈ ਮੋਹਰ ਵੀ ਨਹੀਂ ਲਗਾਈ ਗਈ। ਇਸ ਮੌਕੇ ਨਿਹੰਗ ਸਿੰਘ ਮਨਦੀਪ ਸਿੰਘ ਨੇ ਆਪਣੇ ਨਾਲ ਹੋਈ ਬਦਸਲੂਕੀ ਦੀ ਹੱਡ ਬੀਤੀ ਸੁਣਾਉਂਦੇ ਹੋਏ ਕੀ ਕੁਛ ਕਿਹਾ, ਤੁਸੀਂ ਖੁਦ ਹੀ ਸੁਣੋ। ਦੇਖੋ ਜੀ, ਮੇਰਾ ਵੀਜ਼ਾ ਆਇਆ ਤਾਂ 7 ਜੂਨ ਨੂੰ ਮੈਂ ਇੱਥੋਂ ਗਿਆ ਅਤੇ 8 ਜੂਨ ਨੂੰ ਅਸੀਂ ਉੱਥੇ ਐਂਟਰ ਕਰਨਾ ਤਾ ਆਪਣਾ ਵਾਹਗਾ ਬਾਰਡਰ ਪਾਕਿਸਤਾਨ ਦੇ ਵਿੱਚ। ਪਹਿਲਾਂ ਮੇਰੀ ਇੰਡੀਅਨ ਜਿਹੜੀ ਇਮੀਗ੍ਰੇਸ਼ਨ ਹੈ ਉੱਥੇ ਹੋਈ, ਸਾਰੇ ਕਾਗਜ਼ੀ ਕਾਰਵਾਈ ਹੋਈ, ਉਹ ਕਲੀਅਰ ਕਰਨ ਤੋਂ ਬਾਅਦ ਮੈਂ ਜਦੋਂ ਪਾਕਿਸਤਾਨ ਆਪਣਾ ਇਮੀਗ੍ਰੇਸ਼ਨ 'ਚ ਪਹੁੰਚਿਆ ਅਤੇ ਉੱਥੇ ਨਾ ਮੇਰੇ ਚਲੋ ਕਾਗਜ਼ ਪੱਤਰ ਚੈੱਕ ਹੋਏ, ਕਾਗਜ਼ ਪੱਤਰਾਂ ਦੇ ਵਿੱਚ ਉਹਨੇ ਮੈਨੂੰ ਰਿਸੀਵ ਕਰ ਲਿਆ ਵੀ ਬੰਦਾ ਇੱਥੇ ਆ ਗਿਆ, ਠੀਕ ਹੈ। ਅਤੇ ਜਦੋਂ ਮੈਨੂੰ ਥੋੜ੍ਹਾ ਟਾਈਮ ਹੋਇਆ ਤਾਂ ਉਹਦੇ ਬਾਅਦ ਮੈਨੂੰ ਫੇਰ ਬੁਲਾਇਆ ਗਿਆ ਵੀ ਤੁਸੀਂ ਵਾਪਸ ਆਓ। ਵਾਪਸ ਆਉਣ ਤੋਂ ਬਾਅਦ ਜਦੋਂ ਮੈਂ ਪੁੱਛਿਆ ਵੀ ਚੱਕਰ ਕਿਆ, ਉਹ ਕਹਿੰਦੇ ਤੁਹਾਡਾ ਕੋਈ ਇਸ਼ੂ ਹੈ ਉਹ ਕਲੀਅਰ ਕਰਨਾ ਪੈਣਾ। ਮੈਂ ਕਿਹਾ ਚਲੋ ਇਸ਼ੂ ਆ ਜਾਂਦੇ ਆ, ਕੋਈ ਚੱਕਰ ਨਹੀਂ, ਵੀਜ਼ਿਆਂ ਦੇ ਵਿੱਚ ਇਸ਼ੂ ਆ ਜਾਂਦੇ, ਕੋਈ ਬੜੀ ਗੱਲ ਨਹੀਂ ਹੈਗੀ। ਮੈਂ ਚਲੋ ਥੋੜ੍ਹਾ ਟਾਈਮ ਬੈਠਿਆ, ਫਿਰ ਉਹ ਮੈਨੂੰ ਕਹਿੰਦੇ ਤੁਸੀਂ ਜੀ ਇੱਕ ਕਮਰੇ ਦੇ ਵਿੱਚ ਜਾਓ। ਚਲੋ ਕਮਰੇ 'ਚ ਲੈ ਗਏ, 1 ਘੰਟਾ ਮੈਨੂੰ ਉਹਨੇ ਉਸ ਕਮਰੇ ਦੇ ਵਿੱਚ ਰੱਖਿਆ ਅਤੇ ਫਿਰ ਮੈਂ ਜਦੋਂ ਅਧਿਕਾਰੀਆਂ ਨੂੰ ਕਿਹਾ ਵੀ ਭਾਈ ਤੁਸੀਂ ਮੈਨੂੰ ਦੱਸੋ ਵੀ ਮੇਰਾ ਕਿਆ ਚੱਕਰ ਕਿਆ ਬਣਿਆ, ਕਿਆ ਕਿਆ ਤੁਹਾਡੇ ਨੌਲੇਜ ਦੇ ਵਿੱਚ ਹੈ, ਉਹ ਕਹਿੰਦੇ ਜੀ ਅਸੀਂ ਆਪਣੀ ਮਰਜ਼ੀ ਨਾਲ ਕਰਾਂਗੇ, ਤੁਹਾਨੂੰ ਬਾਅਦ 'ਚੋਂ ਦੱਸਾਂਗੇ। ਮੈਂ ਕਿਹਾ ਚਲੋ ਠੀਕ ਹੈ, ਬਾਅਦ ਵਿੱਚ ਦੱਸ ਦਿਓ। ਕਾਫੀ ਸਮਾਂ ਬੀਤਣ ਤੋਂ ਬਾਅਦ ਜਦੋਂ ਫਿਰ ਮੈਂ ਉਹਨਾਂ ਅਧਿਕਾਰੀਆਂ ਦੇ ਕੋਲ ਗਿਆ ਤਾਂ
ਅੱਧੇ ਘੰਟੇ ਬਾਅਦ ਫਿਰ ਇੱਕ ਅਧਿਕਾਰੀ ਆਇਆ ਜੋ ਕਿ ਉਹਨਾਂ ਦਾ ਵੱਡਾ ਅਧਿਕਾਰੀ ਤਾ ਇਮੀਗ੍ਰੇਸ਼ਨ ਵਿਭਾਗ ਦਾ। ਉਹਨਾਂ ਨੇ ਕਿਆ ਕੀਤਾ, ਮੇਰੀ ਜਾਂਚ ਪੜਤਾਲ ਪੂਰੀ ਕੀਤੀ ਅਤੇ ਉਹਨਾਂ ਨੇ ਮੈਨੂੰ ਸਵਾਲ ਕੀਤੇ ਤਕਰੀਬਨ 40 ਮਿੰਟ, ਮੈਨੂੰ ਲੱਗਦਾ ਕਾਫੀ ਟਾਈਮ ਸਵਾਲ ਜਵਾਬ ਹੁੰਦੇ ਰਹੇ। ਉਹਦੇ ਵਿੱਚ ਉਹ ਮੈਨੂੰ ਪੁੱਛਦੇ ਰਹੇ ਵੀ ਤੂੰ ਬਾਣਾ ਇਹ ਪਾਇਆ ਹੈ, ਇਹ ਕਾਹਤੇ ਪਾਇਆ? ਮੈਂ ਕਿਹਾ ਸਾਡੇ ਗੁਰੂ ਦੀ ਨਿਸ਼ਾਨੀ ਹੈ ਤਾਂ ਮੈਂ ਪਾਇਆ ਹੈ। ਫਿਰ ਕਹਿੰਦੇ ਬਾਕੀਆਂ ਨੇ ਕਾਹਤੇ ਨਹੀਂ ਪਾਇਆ ਵੇ, ਜਾਓ ਉਹ ਦੂਜੇ ਖੜ੍ਹੇ ਉਹਨੇ ਕਾਹਤੇ ਨਹੀਂ ਪਾਇਆ। ਮੈਂ ਕਿਹਾ ਜੀ ਮੈਂ ਇੱਕ ਅੰਮ੍ਰਿਤਧਾਰੀ ਸਿੰਘ ਹੈ, ਮੈਂ ਇੱਕ ਨਿਹੰਗ ਸਿੰਘ ਨਾਲ ਨਿਹੰਗ ਸਿੰਘਾਂ ਵਾਂਗੂ ਮੈਂ ਬਾਣਾ ਪਾ ਕੇ ਰੱਖਦਾ ਅਤੇ ਮੈਂ ਤਾਂ ਪਾਉਂਦਾ ਬਈ ਸਾਨੂੰ ਇਹ ਅਲਾਊਡ ਹੈ। ਅਤੇ ਫਿਰ ਮੈਨੂੰ ਕਹਿੰਦੇ ਜਿਹੜੀ ਆ ਕਿਰਪਾਨ ਪਾਈ ਵੀ ਇਹ ਤੁਸੀਂ ਕਾਹਤੇ ਪਾਈ ਵੀ? ਮੈਂ ਕਿਹਾ ਸਾਡੇ ਗੁਰੂ ਦੇ ਸ਼ਾਸਤਰ ਹੈ। ਅਤੇ ਫਿਰ ਜਿੱਦਾਂ ਸਾਰੇ ਕੜਾ ਮੇਰੇ ਹੱਥ 'ਚ ਦੇਖਿਆ ਵੀ ਇਹ ਕਾਹਤੇ ਪਾਇਆ ਕੜਾ? ਅਤੇ ਮੈਂ ਕਿਹਾ ਜੀ ਸਾਨੂੰ 5 ਕਕਾਰ ਦਿੱਤੇ ਜਾਂਦੇ ਹੈ ਅਤੇ 5 ਹੋਣੇ ਚਾਹੀਦੇ ਜ਼ਰੂਰੀ ਤਾਂ ਉਹ ਸੰਪੂਰਨ ਸਿੱਖ ਹੁੰਦਾ ਹੈ ਗੁਰੂ ਮਹਾਰਾਜ ਦਾ। ਅਤੇ ਕਹਿੰਦੇ ਫਿਰ ਇਹ ਸਿੱਖ ਨਹੀਂ ਹੈਗੇ ਜਿਹੜੇ ਹੈਗੇ? ਮੈਂ ਕਿਹਾ ਜੀ ਮੈਂ ਇਹਨਾਂ ਨੂੰ ਇੱਦਾਂ ਨਹੀਂ ਕਹਿੰਦਾ ਵੀ ਸਿੱਖ ਨਹੀਂ ਹੋਊਗੇ, ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜੋ ਸਾਨੂੰ ਬਖਸ਼ਿਆ ਨਾ ਵੀ ਆਹ 5 ਕਕਾਰ। ਅਤੇ ਜਾਣੀ ਉਹ 40-45 ਮਿੰਟ ਤਾਂ ਸਵਾਲ ਮੈਨੂੰ ਆਹ ਮੇਰੇ ਬਾਣੇ 'ਤੇ, ਮੇਰੇ ਸ਼ਾਸਤਰਾਂ 'ਤੇ, ਜਾਂ ਮੈਂ ਦੁਮਾਲਾ ਵੱਡਾ ਪੜ੍ਹਨਾ ਤਾਂ ਵੀ ਤੁਸੀਂ ਇੱਦਾਂ ਵੀ ਕਿ ਕਾਹਤੇ ਇੱਦਾਂ ਪਾਉਂਦੇ ਹੋ? ਇਹ ਗੱਲਾਂ ਮੇਰੇ ਨਾਲ ਕਾਫੀ ਟਾਈਮ ਹੁੰਦੀਆਂ ਰਹੀਆਂ। ਤਕਰੀਬਨ ਉਹ ਗੱਲਾਂ ਹੋਣ ਤੋਂ ਬਾਅਦ ਚਲੋ ਉਸ ਅਧਿਕਾਰੀ ਨਾਲ ਜੀ ਕਿਹਾ ਜੀ ਚਲੋ ਤੁਸੀਂ ਉੱਥੇ ਹੋਰ ਕੋਈ ਆ ਗਏ, ਉਹਨੇ ਮੈਨੂੰ ਕਿਹਾ ਦੂਜੇ ਕਮਰੇ 'ਚ ਚਲੋ। ਦੂਜੇ ਕਮਰੇ 'ਚ ਲੈ ਗਏ, ਦੂਜੇ ਕਮਰੇ ਦੇ ਵਿੱਚ ਲਿਜਾ ਕੇ ਕਾਫੀ ਟਾਈਮ ਬੈਠਿਆ ਰਿਹਾ, ਨਾ ਤਾਂ ਉੱਥੇ ਪੱਖਾ ਨਾ ਪਾਣੀ, ਜਾਣੀ ਕੁੰਡਾ ਲਾ ਦਿੱਤਾ ਬਾਹਰ 'ਤੇ ਜਿੱਦਾਂ ਆਮ ਅਸੀਂ ਭੇੜ ਦਿੰਦੇ ਕੁੰਡੇ, ਇੱਦਾਂ ਭੇੜ ਦਿੱਤਾ। ਉੱਥੇ ਗਰਮੀ ਦੇਖ ਲਓ ਇਸ ਵੇਲੇ ਟੈਂਪਰੇਚਰ ਕਿਆ। ਮੈਂ ਬੈਠਾ ਰਿਹਾ ਉੱਥੇ ਕਾਫੀ ਟਾਈਮ ਬੈਠਣ ਤੋਂ ਬਾਅਦ ਮੈਂ ਫਿਰ ਅਧਿਕਾਰੀਆਂ ਕੋਲ ਮਿਹਨਤ ਕਰਨ ਗਿਆ, ਬਈ ਦੇਖੋ ਮੈਨੂੰ ਤੁਸੀਂ ਹਰਾਸਮੈਂਟ ਨਾ ਕਰੋ, ਜੇ ਕੋਈ ਇਸ਼ੂ ਹੈਗਾ ਆ ਤਾਂ ਮੈਨੂੰ ਦੱਸੋ, ਕਲੀਅਰ ਕਰੋ, ਜੇ ਮੈਂ ਅੱਗੇ ਨਹੀਂ ਜਾ ਸਕਦਾ ਤੁਸੀਂ ਮੈਨੂੰ ਪਿੱਛੇ ਭੇਜ ਦਿਉ। ਉਹ ਕਹਿੰਦੇ ਉਹ ਤਾਂ ਅਸੀਂ ਆਪਣੀ ਮਰਜ਼ੀ ਨਾਲ ਭੇਜਾਂਗੇ ਜਿੱਦਾਂ ਸਾਡਾ ਮਨ ਕਰੂੰਗਾ। ਮੈਂ ਕਿਹਾ ਚਲੋ ਠੀਕ ਆ, ਤੁਸੀਂ ਮੌਕੇ ਦੇ ਅਫਸਰ ਆ ਭਾਈ। ਉਹ ਫਿਰ ਮੈਨੂੰ ਉਸ ਕਮਰੇ 'ਚ ਫਿਰ ਭੇਜ ਦਿੱਤਾ। ਉੱਥੋਂ ਕਾਫੀ ਟਾਈਮ ਬੀਤਣ ਤੋਂ ਬਾਅਦ 2 ਅਧਿਕਾਰੀ ਫਿਰ ਆਏ। ਉਹਨੇ ਅਧਿਕਾਰੀਆਂ ਨੇ ਕੀਤਾ, ਕਹਿੰਦੇ ਜੀ ਹੁਣ ਤੁਸੀਂ ਇੱਥੇ ਨਹੀਂ ਬੈਠ ਸਕਦੇ। ਅਤੇ ਮੈਂ ਕਿਹਾ ਚਲੋ ਕੋਈ ਨਹੀਂ, ਹੋਰ ਪਾਸੇ ਲੈ ਗਏ। ਇੱਕ ਮੈਨੂੰ ਮੰਜਾ ਜਿਹਾ ਡਾ ਦਿੱਤਾ ਸਾਈਡ ਨੂੰ, ਜਿੱਥੇ ਕੋਈ ਆਮ ਮੰਜਾ ਜਿਹਾ, ਉਹ ਨੁਆਰ ਦਾ ਬਣਿਆ ਤਾ, ਉਹਦੇ ਪਰ ਬੈਠੇਗਾ ਕਾਫੀ ਟਾਈਮ। ਉਹਦੇ ਬਾਅਦ ਕਾਫੀ ਟਾਈਮ ਜਦੋਂ ਦੇਖਿਆ ਵੀ ਸਮਾਂ ਬੀਤ ਗਿਆ, ਸਾਰੇ ਮੈਨੂੰ ਇਹ ਨਾ ਆਪਣੀ ਸਿੱਖ ਸੰਗਤ ਦੀਆਂ ਜਿੱਦਾਂ 5-6 ਲਾਈਨਾਂ ਲੱਗੀਆਂ ਵਾ, ਉਹਦੇ ਵਿੱਚ ਦੇਖੋ ਮੈਨੂੰ ਇਸ ਤਰ੍ਹਾਂ ਸਾਬਤ ਕਰ ਦਿੱਤਾ ਉਹਨੇ ਵੀ ਜਿੱਦਾਂ ਮੈਂ ਕੋਈ ਕਤਲ ਕੀਤਾ ਹੁੰਦਾ, ਜਾਂ ਮੇਰੀ ਕੋਈ ਅੱਤਵਾਦੀਆਂ ਨਾਲ ਸੰਬੰਧ ਹੁੰਦੇ, ਜਾਂ ਫਿਰ ਕੋਈ ਵੱਖਵਾਦੀਆਂ ਨਾਲ ਹੁੰਦੇ, ਇਸ ਤਰ੍ਹਾਂ ਮੈਨੂੰ ਮਹਿਸੂਸ ਨਹੀਂ ਕਰਾ ਦਿੱਤਾ ਉੱਥਾ। ਉਹਦੇ ਬਾਅਦ ਸੰਗਤ ਵੀ ਸੋਚੀ ਗਈ ਵੀ ਇਹ ਕੋਈ ਚੱਕਰ ਵੱਡਾ ਪੈ ਗਿਆ, ਜਦਕਿ ਇੱਦਾਂ ਦਾ ਕੋਈ ਇਸ਼ੂ ਹੈ ਨਹੀਂ। ਤੇ ਮੈਂ ਵਾਰ ਵਾਰ ਪੁੱਛਿਆ ਇਸ਼ੂ ਕਿਆ, ਇਸ਼ੂ ਉਹਨਾਂ ਕੋਲ ਕੋਈ ਹੈ ਨਹੀਂ ਦੱਸਣ ਦਾ। ਹਾਂ ਮੇਰਾ ਵੀਜ਼ਾ ਲੱਗਿਆ ਹੈ, ਉਹ ਤੁਹਾਨੂੰ ਮੈਂ ਦੱਸ ਦਿੰਦਾ, ਆਹ ਮੇਰਾ ਵੀਜ਼ਾ ਹੈ, ਆਹ ਇੰਡੀਅਨ ਉਹਦੀ ਆਪਣਾ ਇਮੀਗ੍ਰੇਸ਼ਨ ਦੀ ਮੋਹਰ ਲੱਗੀ ਹੈ, ਆਹ ਪਾਕਿਸਤਾਨ ਦੀ ਲੱਗੀ ਆ, ਆਹ ਮੇਰਾ ਵੀਜ਼ਾ ਹੈ। ਇਹ ਕਰਨ ਤੋਂ ਬਾਅਦ ਵੀ ਮੈਨੂੰ ਦੇਖੋ, ਮੈਂ ਤਾਂ ਇਹੀ ਕਹਿੰਦਾ ਹਾਂ ਬਈ ਜਿਹੜੇ ਵੀ ਗੁਰੂ ਘਰਾਂ ਨੂੰ ਅਸੀਂ ਦਰਸ਼ਨ ਕਰਨ ਜਾਂਦੇ ਹਾਂ, ਜਿੱਥੇ ਇੰਨਾ ਖਰਚਾ ਆਉਂਦਾ, ਇੰਨਾ ਕੀਤਾ, ਅਤੇ ਉੱਥੇ ਵੀ ਉਹ ਜਿਹੜੇ ਗਰੀਬ ਬੰਦੇ ਆ ਨਾ, ਅਤੇ ਉਹਨਾਂ ਨੂੰ ਇੱਕ ਨਾਮ ਮਾਤਰ ਭਲਾ ਲਾ ਦਿੱਤਾ ਜਾਵੇ, ਚਲੋ ਥੋੜ੍ਹਾ ਲਾ ਦਿੱਤਾ ਜਾਵੇ ਜਿੰਨੇ ਕੇ ਨਾਲ ਕੋਈ ਦੇ ਸਕਾ, ਅਤੇ ਕਈ ਗਰੀਬ ਬੰਦੇ ਨਹੀਂ ਦੇ ਸਕਦੇ ਆ। ਇਸ ਕਰਕੇ ਉਹਦੇ ਬਾਰੇ ਵੀ ਸਰਕਾਰਾਂ ਨੂੰ ਸੋਚਣਾ ਚਾਹੀਦਾ ਬਈ ਜਿੰਨਾ ਘੱਟ ਹੋ ਸਕਾ ਉਨਾ ਕਰਨਾ ਚਾਹੀਦਾ, ਤਾਂ ਜੋ ਕਿ ਸਿੱਖ ਸੰਗਤਾਂ ਉੱਥੇ ਜਾਣ। ਪਰ ਜ਼ਿਆਦਾਤਰ ਦੁੱਖ ਨਾਲ ਕਹਿੰਦਾ ਮੈਂ ਇੱਕ ਗੱਲ, ਬਈ ਅਸੀਂ ਅਰਦਾਸ ਦੇ ਵਿੱਚ ਤਾਂ ਕਹਿੰਦੇ ਹਾਂ ਵੀ ਜਿਨ੍ਹਾਂ ਗੁਰਧਾਮਾਂ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ੋ ਮਹਾਰਾਜ ਜੀ, ਪਰ ਸੰਗਤਾਂ ਵੀ ਜਾਂਦੀਆਂ ਨੇ, ਅੱਜ ਦਰਸ਼ਨ ਖੁੱਲ੍ਹੇ ਨਹੀਂ ਜਾਂਦੇ, ਸੰਗਤਾਂ ਹੀ ਨਹੀਂ ਜਾਂਦੀਆਂ, ਕਾਹਤੇ ਨਹੀਂ ਜਾਂਦੀਆਂ ਮੈਨੂੰ ਨਹੀਂ ਪਤਾ ਕਾਰਨ ਕਿਆ, ਲੋਕਾਂ ਦੇ ਮਨਾਂ ਦੇ ਵਿੱਚ ਕਿਆ, ਕਾਹਤੇ ਨਹੀਂ ਜਾਂਦੇ? ਇੰਨਾ ਖਰਚਾ ਹੋਣ ਦੇ ਬਾਵਜੂਦ ਵੀ ਜੇ ਸਾਰੀ ਦਿਹਾੜੀ 'ਚ 10-20 ਬੰਦੇ ਜਾਣ ਤਾਂ ਫਿਰ ਕਿਆ ਹੈ? ਪਹਿਲਾਂ ਤਾਂ ਅਸੀਂ 70 ਸਾਲ 'ਤੇ
ਉਸ ਗੁਰਧਾਮਾਂ ਨੂੰ ਦੂਰ ਅਤੇ ਦੂਰਬੀਨ ਨਾਲ ਦੇਖਦੇ ਰਹੇ, ਅੱਜ ਕੋਲ ਜਾਣ ਦਾ ਮੌਕਾ ਹੈ ਅਤੇ ਅਸੀਂ ਜਾਂਦਾ ਨਹੀਂ ਉੱਥੇ, ਉੱਥੇ ਮੋਹਰ ਨਹੀਂ ਲੱਗਦੀ, ਪਾਸਪੋਰਟ ਜ਼ਰੂਰੀ ਹੈ ਪਰ ਮੋਹਰ ਨਹੀਂ ਲੱਗਦੀ ਹੈ, ਅਤੇ ਸਰਕਾਰ ਨੂੰ ਵੀ ਮੈਂ ਇਹੀ ਅਪੀਲ ਕਰਦਾ ਵੀ ਉੱਥਾ ਵੀ ਜਿਹੜਾ ਉਹ ਚਾਰਜ ਹੈ ਥੋੜ੍ਹਾ ਘਟਾਇਆ ਜਾਵੇ ਤਾਂ ਜੋ ਕਿ ਜਿੰਨੇ ਗਰੀਬ ਬੰਦੇ ਸਾਡੇ ਵਰਗੇ ਜਾਂ ਹੋਰ ਸਾਰੇ ਦਰਸ਼ਨ ਕਰ ਸਕਣ। ਇਹ ਗੱਲਾਂ ਜੀ ਜੋ ਮੇਰੇ ਨਾਲ ਹੋਈਆਂ ਉਹ ਤੁਹਾਨੂੰ ਮੈਂ ਤੁਹਾਡੇ ਜਿੱਦਾਂ ਮੈਂ ਕੋਈ ਕਤਲ ਕੀਤਾ ਹੁੰਦਾ ਜਾਂ ਮੇਰੇ ਕੋਈ ਅੱਤਵਾਦੀਆਂ ਨਾਲ ਸੰਬੰਧ ਹੁੰਦੇ ਜਾਂ ਫਿਰ ਕੋਈ ਵੱਖਵਾਦੀਆਂ ਨਾਲ ਹੁੰਦੇ, ਇਸ ਤਰ੍ਹਾਂ ਮੈਨੂੰ ਮਹਿਸੂਸ ਨਹੀਂ ਕਰਾ ਦਿੱਤਾ ਉੱਥਾ। ਉਹਦੇ ਬਾਅਦ ਸੰਗਤ ਵੀ ਸੋਚੀ ਗਈ ਵੀ ਇਹ ਕੋਈ